ਸ਼੍ਰੀਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼, ਮੈਂ ਸਿਮਰਨ ਢਾਲੀਵਾਲ। ਭਾਰਤ ਦੇ ਵਿੱਚ ਜਿੱਥੇ ਮਾਨਸੂਨ ਨੇ ਕਈ ਥਾਵਾਂ ਤੇ ਤਬਾਹੀ ਮਚਾ ਰੱਖੀ ਹੈ, ਉੱਥੇ ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਨੇਪਾਲ ਦੇ ਵਿੱਚ ਭਾਰੀ ਮਾਨਸੂਨ ਦੇ ਕਾਰਨ ਜਿੱਥੇ ਮੀਂਹ ਪੈ ਰਿਹਾ, ਉੱਥੇ ਹੀ ਲੈਂਡਸਲਾਈਡ ਨੇ ਲੋਕਾਂ ਦਾ ਹਾਲ ਬੇਹਾਲ ਕੀਤਾ ਹੈ। ਲੈਂਡਸਲਾਈਡ ਕਰਕੇ ਦੋ ਬੱਸਾਂ ਪਾਣੀ ਦੇ ਵਿੱਚ ਵਹਿ ਗਈਆਂ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਨੇਪਾਲ ਦੇ ਵਿੱਚ ਭਾਰੀ ਬਾਰਿਸ਼ ਦੇ ਵਿਚਾਲੇ ਬੀਤੇ ਦਿਨੀ ਇੱਕ ਹਾਈਵੇ ਤੇ ਲੈਂਡਸਲਾਈਡ ਦੇ ਚੱਲਦੇ ਦੋ ਬੱਸਾਂ ਤ੍ਰਿਸ਼ੂਲ ਨਦੀ ਦੇ ਵਿੱਚ ਡਿੱਗ ਗਈਆਂ। ਜੀ ਹਾਂ, ਘਟਨਾ ਵਾਲੀ ਥਾਂ ਤੇ ਮੌਜੂਦ ਅਧਿਕਾਰੀਆਂ ਦੇ ਮੁਤਾਬਕ ਦੋਹਾਂ ਬੱਸਾਂ ਚਾਲਕਾਂ ਸਣੇ 63 ਲੋਕ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਵਿੱਚ 7 ਭਾਰਤੀਆਂ ਤੇ 1 ਬੱਸ ਚਾਲਕ ਦੀ ਮੌਤ ਹੋ ਗਈ। 50 ਤੋਂ ਜ਼ਿਆਦਾ ਲੋਕ ਆ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲੀ ਮੀਡੀਆ ਅਨੁਸਾਰ ਇੱਕ ਬੱਸ ਦੇ ਡਰਾਈਵਰ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ 2 ਲੋਕਾਂ ਦੇ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸਾ ਸੈਂਟਰਲ ਨੇਪਾਲ ਦੇ ਵਿੱਚ ਮਦਨ ਅਸ਼ਵਿਤ ਹਾਈਵੇ ਤੇ ਸਵੇਰੇ ਕਰੀਬ 3:30 ਵਜੇ ਹੋਇਆ। ਲਗਾਤਾਰ ਬਾਰਿਸ਼ ਤੇ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਸਰਚ ਤੇ ਰੈਸਕਿਊ ਆਪਰੇਸ਼ਨ ਵਿੱਚ ਦਿੱਕਤ ਆ ਰਹੀ ਹੈ। ਇਸ ਸੰਬੰਧੀ ਮੁੱਖ ਜ਼ਿਲ੍ਹਾ ਅਧਿਕਾਰੀ ਨੇ ਇਹ ਗੱਲ ਦੱਸੀ ਹੈ ਕਿ ਲੈਂਡਸਲਾਈਡ ਦੇ ਚੱਲਦਿਆਂ ਨਦੀ ਵਿੱਚ ਡਿੱਗਣ ਵਾਲੀ ਇੱਕ ਬੱਸ ਕਾਠਮੰਡੂ ਜਾ ਰਹੀ ਸੀ, ਇਸ ਵਿੱਚ 24 ਲੋਕ ਸਵਾਰ ਸਨ। ਦੂਜੀ ਬੱਸ ਵਿੱਚ 41 ਲੋਕ ਸਵਾਰ ਸਨ। ਉੱਥੇ ਹੀ ਦੂਜੇ ਪਾਸੇ ਇਸ ਘਟਨਾ ਤੇ ਨੇਪਾਲ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਆਖੀ ਹੈ। ਉਹਨਾਂ ਨੇ ਦੁੱਖ ਜਤਾਇਆ ਤੇ ਉਹਨਾਂ ਨੇ ਟਵੀਟ ਕਰਦੇ ਲਿਖਿਆ ਹੈ ਕਿ ਜੋ ਇਹ ਵੱਡਾ ਹਾਦਸਾ ਹੋਇਆ ਹੈ ਉਸ ਤੇ ਬੇਹੱਦ ਦੁੱਖ ਹੈ ਤੇ ਮੈਨੂੰ ਕਾਫੀ ਦੁੱਖ ਮਹਿਸੂਸ ਹੋ ਰਿਹਾ ਹੈ। ਮੈਂ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਯਾਤਰੀਆਂ ਨੂੰ ਲੱਭਣ ਅਤੇ ਉਹਨਾਂ ਨੂੰ ਸਹੀ ਸਲਾਮਤ ਬਚਾਉਣ ਦੇ ਹੁਕਮ ਦਿੰਦਾ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼, ਮੈਂ ਸਿਮਰਨ ਢਾਲੀਵਾਲ। ਭਾਰਤ ਦੇ ਵਿੱਚ ਜਿੱਥੇ ਮਾਨਸੂਨ ਨੇ ਕਈ ਥਾਵਾਂ ਤੇ ਤਬਾਹੀ ਮਚਾ ਰੱਖੀ ਹੈ, ਉੱਥੇ ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਨੇਪਾਲ ਦੇ ਵਿੱਚ ਭਾਰੀ ਮਾਨਸੂਨ ਦੇ ਕਾਰਨ ਜਿੱਥੇ ਮੀਂਹ ਪੈ ਰਿਹਾ, ਉੱਥੇ ਹੀ ਲੈਂਡਸਲਾਈਡ ਨੇ ਲੋਕਾਂ ਦਾ ਹਾਲ ਬੇਹਾਲ ਕੀਤਾ ਹੈ। ਲੈਂਡਸਲਾਈਡ ਕਰਕੇ 2 ਬੱਸਾਂ ਪਾਣੀ ਦੇ ਵਿੱਚ ਵਹਿ ਗਈਆਂ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਨੇਪਾਲ ਦੇ ਵਿੱਚ ਭਾਰੀ ਬਾਰਿਸ਼ ਦੇ ਵਿਚਾਲੇ ਬੀਤੇ ਦਿਨੀ ਇੱਕ ਹਾਈਵੇ ਤੇ ਲੈਂਡਸਲਾਈਡ ਦੇ ਚੱਲਦੇ ਦੋ ਬੱਸਾਂ ਤ੍ਰਿਸ਼ੂਲ ਨਦੀ ਦੇ ਵਿੱਚ ਡਿੱਗ ਗਈਆਂ। ਜੀ ਹਾਂ, ਘਟਨਾ ਵਾਲੀ ਥਾਂ ਤੇ ਮੌਜੂਦ ਅਧਿਕਾਰੀਆਂ ਦੇ ਮੁਤਾਬਕ ਦੋਹਾਂ ਬੱਸਾਂ ਚਾਲਕਾਂ ਸਣੇ 63 ਲੋਕ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਵਿੱਚ 7 ਭਾਰਤੀਆਂ ਤੇ 1 ਬੱਸ ਚਾਲਕ ਦੀ ਮੌਤ ਹੋ ਗਈ। 50 ਤੋਂ ਜ਼ਿਆਦਾ ਲੋਕ ਆ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲੀ ਮੀਡੀਆ ਅਨੁਸਾਰ ਇੱਕ ਬੱਸ ਦੇ ਡਰਾਈਵਰ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ 2 ਲੋਕਾਂ ਦੇ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸਾ ਸੈਂਟਰਲ ਨੇਪਾਲ ਦੇ ਵਿੱਚ ਮਦਨ ਅਸ਼ਵਿਤ ਹਾਈਵੇ ਤੇ ਸਵੇਰੇ ਕਰੀਬ 3:30 ਵਜੇ ਹੋਇਆ। ਲਗਾਤਾਰ ਬਾਰਿਸ਼ ਤੇ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਸਰਚ ਤੇ ਰੈਸਕਿਊ ਆਪਰੇਸ਼ਨ ਵਿੱਚ ਦਿੱਕਤ ਆ ਰਹੀ ਹੈ। ਇਸ ਸੰਬੰਧੀ ਮੁੱਖ ਜ਼ਿਲ੍ਹਾ ਅਧਿਕਾਰੀ ਨੇ ਇਹ ਗੱਲ ਦੱਸੀ ਹੈ ਕਿ ਲੈਂਡਸਲਾਈਡ ਦੇ ਚੱਲਦਿਆਂ ਨਦੀ ਵਿੱਚ ਡਿੱਗਣ ਵਾਲੀ ਇੱਕ ਬੱਸ ਕਾਠਮੰਡੂ ਜਾ ਰਹੀ ਸੀ, ਇਸ ਵਿੱਚ 24 ਲੋਕ ਸਵਾਰ ਸਨ। ਦੂਜੀ ਬੱਸ ਵਿੱਚ 41 ਲੋਕ ਸਵਾਰ ਸਨ। ਉੱਥੇ ਹੀ ਦੂਜੇ ਪਾਸੇ ਇਸ ਘਟਨਾ ਤੇ ਨੇਪਾਲ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਆਖੀ ਹੈ। ਉਹਨਾਂ ਨੇ ਦੁੱਖ ਜਤਾਇਆ ਤੇ ਉਹਨਾਂ ਨੇ ਟਵੀਟ ਕਰਦੇ ਲਿਖਿਆ ਹੈ ਕਿ ਜੋ ਇਹ ਵੱਡਾ ਹਾਦਸਾ ਹੋਇਆ ਉਸ ਤੇ ਬੇਹੱਦ ਦੁੱਖ ਹੈ ਤੇ ਮੈਨੂੰ ਕਾਫੀ ਦੁੱਖ ਮਹਿਸੂਸ ਹੋ ਰਿਹਾ ਹੈ। ਮੈਂ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਯਾਤਰੀਆਂ ਨੂੰ ਲੱਭਣ ਅਤੇ ਉਹਨਾਂ ਨੂੰ ਸਹੀ ਸਲਾਮਤ ਬਚਾਉਣ ਦੇ ਹੁਕਮ ਦਿੰਦਾ ਹਾਂ।